ਬੋਧਵਾਨ ਨੂੰ ਭਾਰਤੀ ਸੰਸਦ ਦੀ ਸੁਰੱਖਿਆ ਵਿੱਚ ਸਨ ਲੱਗਣ ਦੇ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਖਿਲਾਫ ਯੂਪੀਏ ਤਹਿਤ ਕੇਸ ਦਰਜ ਕਰ ਲਿਆ ਗਿਆ। ਦਿੱਲੀ ਦੀ ਵਿਸ਼ੇਸ਼ ਐਨਆਈਏ ਕੋਰਟ ਨੇ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ। ਕੇਸ ਦੇ 6ਵੇਂ ਮੁਲਜ਼ਮ ਤੇ ਮੁੱਖ ਸਾਜ਼ਿਸ਼ ਘਾੜੇ ਮੰਨੇ ਜਾ ਰਹੇ ਲਲਿਤ ਝਾਣੂ ਵੀ ਦਿੱਲੀ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਮੁਤਾਬਕ ਜਿਹੜੀ ਘਟਨਾ ਬੁੱਧਵਾਰ ਨੂੰ ਵਾਪਰੀ ਹੈ ਉਸ ਨੂੰ 6 ਲੋਕਾਂ ਨੇ ਮਿਲ ਕੇ ਅੰਜਾਮ ਦਿੱਤਾ ਸੀ ਤੇ ਮੁੱਖ ਸਾਜ਼ਿਸ਼加ੜਾ ਲਲਿਤ ਚਾ ਸੀ ਸਾਗਰ ਮਨੋਰੰਜਨ ਅਮੋਲ ਤੇ ਨੀਲਮ ਨੂੰ ਘਟਨਾ ਵਾਲੀ ਥਾਂ ਤੋਂ ਪਰਸੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਇਹਨਾਂ ਦੇ ਸਾਥੀ ਵਿਸ਼ਾਲ ਜਿਸ ਦੇ ਘਰ ਉਹ ਸੰਸਦ ਪਹੁੰਚਣ ਤੋਂ ਪਹਿਲਾਂ ਰੋਕੇ ਸਨ ਉਸ ਨੂੰ ਗੁਰੂਗ੍ਰਾਮ ਤੋਂ ਫੜਿਆ ਗਿਆ ਤੇ ਲਲਿਤ ਚਾ ਨੂੰ ਦਿੱਲੀ ਤੋਂ ਫੜਿਆ ਗਿਆ ਸੂਤਰ ਦੱਸਦੇ ਨੇ ਕਿ ਪੁਛਕਿਛ ਦੌਰਾਨ ਮulzmani ਖੁਲਾਸਾ ਕੀਤਾ ਹੈ ਕਿ ਉਹ ਭਾਰਤ ਦੇ ਵਿੱਚ ਬਰਤਾਨਵੀ ਸ਼ਾਸਨ ਦੌਰਾਨ ਸੈਂਟਰਲ ਅਸੈਂਬਲੀ ਅੰਦਰ ਬੰਬ ਸੁੱਟਣ ਦੀ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੀ ਕਾਰਵਾਈ ਨੂੰ ਦੁਹਰਾਉਣਾ ਚਾਹੁੰਦੇ ਸਨ ਪੁਲਿਸ ਨੇ ਕਿਹਾ ਕਿ ਮulzmani ਧੂਏ ਵਾਲੇ ਬੰਬਾਂ ਦੀ ਵਰਤੋਂ ਕਰਨ ਤੋਂ ਬਾਅਦ ਸੰਸਦ ਦੇ ਵਿੱਚ ਪੈਂਫਲੇਟ ਸੁੱਟਣ ਦੀ ਯੋਜਨਾ ਬਣਾਈ ਸੀ ਉਹਨਾਂ ਨੇ ਤਿਰੰਗੇ ਵੀ ਖਰੀਦੇ ਸਨ ਫੜੇ ਗਏ ਲਲਿਤ ਚਾਹ ਸਾਗਰ ਸ਼ਰਮਾ ਮਨੋਰੰਜਨ ਡੀ ਐਮ 올ਸ਼ਿਨ ਦੇ ਨੀਲਮ ਦੇਵੀ ਵਿਸ਼ਾਲ ਤੇ ਵੀ ਕੀ ਭਗਤ ਸਿੰਘ ਫੈਨ ਕਲੱਬ ਨੂੰ ਵੀ ਫਾਲੋ ਕਰਦੇ ਨੇ ਕਹਿੰਦੇ ਉਹਨਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੇ ਅਜਿਹਾ ਕੰਮ ਕਰਨ ਦੀ ਯੋਜਨਾ ਬਣਾਈ ਜਿਸ ਨਾਲ ਦੇਸ਼ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾ ਸਕੇ ਤੇ ਸੁਰੱਖਿਆ ਏਜੰਸੀਆਂ ਨੂੰ ਹਾਲੇ ਤੱਕ ਇਹਨਾਂ ਦੇ ਕਿਸੇ ਵੀ ਅੱਤਵਾਦੀ ਜਥੇਬੰਦੀ ਜਾਂ ਕਿਸੇ ਹੋਰ ਜਥੇਬੰਦੀ ਨਾਲ ਜੁੜੇ ਹੋਣ ਦਾ ਕੋਈ ਸੰਬੰਧ ਨਹੀਂ ਮਿਲਿਆ ਇੱਕ ਅਧਿਆਪਕ ਹੋਣ ਦੇ ਨਾਤੇ ਲਲਿਤ ਨੇ ਇਹਨਾਂ ਸਾਰਿਆਂ ਦੀ ਅਗਵਾਈ ਕੀਤੀ ਤੇ ਪਰਸੋਂ ਵਾਲੀ ਘਟਨਾ ਤੋਂ ਬਾਅਦ ਲਲਿਤ ਨੇ ਇਸ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਪੋਸਟ ਕੀਤੀ ਅਤੇ ਗਰੁੱਪ ਦੇ ਇੱਕ ਮੈਂਬਰ ਵਿਸ਼ਾਲ ਸ਼ਰਮਾ ਉਰਫ ਵਿੱਕੀ ਨਾਲ ਸਾਂਝੀ ਵੀ ਕੀਤੀ ਸਾਰੇ ਜਿਹੜੇ ਫੜੇ ਗਏ ਨੇ ਇਹਨਾਂ ਵਿੱਚੋਂ ਇੱਕ ਲੜਕੀ ਨੀਲਮ ਹੈ ਨੀਲਮ ਦੀ ਮਾਂ ਨੇ ਵੀ ਬਿਆਨ ਦਿੱਤਾ ਸੀ ਕਿ ਉਹਨਾਂ ਦੀ ਪੜੀ ਲਿਖੀ ਤੀ ਹਾਲੇ ਤੱਕ ਬੇਰੁਜ਼ਗਾਰ ਹੈ ਬੇਰੁਜ਼ਗਾਰੀ ਦੇ ਆਲਮ ਦੇ ਵਿੱਚ ਹੀ ਉਹਨਾਂ ਨੇ ਸ਼ਾਇਦ ਅਜਿਹਾ ਕਦਮ ਚੁੱਕਿਆ ਹੋਵੇਗਾ ਕਿਉਂਕਿ ਹਮੇਸ਼ਾ ਕਹਿੰਦੀ ਸੀ ਕਿ ਬੇਰੁਜ਼ਗਾਰੀ ਨਾਲੋਂ ਤਾਂ ਮਰਨਾ ਚੰਗਾ ਹੈ ਤੇ ਨੀਲਮ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੱਲ ਹਰਿਆਣਾ ਦੇ ਜੀਂਦ ਦੇ ਉਚਾਣਾ ਪਿੰਡ ਵਿੱਚ ਨੀਲਮ ਦੇ ਹੱਕ ਵਿੱਚ ਪੰਚਾਇਤ ਹੋਈ ਤੇ ਕਿਸਾਨਾਂ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਲੀਡਰ ਆਜ਼ਾਦ ਪਾਲਵਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਨੀਲਮ ਨੂੰ ਰਿਹਾ ਕੀਤਾ ਜਾਵੇ ਉਸ ਖਿਲਾਫ ਲਾਏ ਗਏ ਯੂਏਪੀਏ ਨੂੰ ਵਾਪਸ ਲਿਆ ਜਾਵੇ ਨੀਲਮ ਨੂੰ ਰਿਹਾ ਨਾ ਕੀਤੇ ਜਾਣ ਦੀ ਹਾਲਤ ਵਿੱਚ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਦੀਲਮ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਉਹ ਕਿਸਾਨ ਅੰਦੋਲਨ ਸਮੇਤ ਪਹਿਲਾਂ ਕਈ ਹੋਰ ਅੰਦੋਲਨਾਂ ਦੇ ਵਿੱਚ ਵੀ ਹਿੱਸਾ ਲੈ ਚੁੱਕੀ ਹੈ ਸੁਰੱਖਿਆ ਕਟਾਹੀ ਦੇ ਮੁੱਦੇ ਤੇ ਕੱਲ ਸੰਸਦ ਦੇ ਵਿੱਚ ਵੀ ਜ਼ੋਰਦਾਰ ਹੰਗਾਮਾ ਹੋਇਆ ਸਿਆਸਤ ਭਖ ਗਈ ਹੈ ਅਤੇ ਦੋਵੇਂ ਸਦਨਾਂ ਦੇ ਵਿੱਚੋਂ ਕੁੱਲ 14 ਸੰਸਦ ਮੈਂਬਰਾਂ ਨੂੰ ਸਰਦਰੁੱਤ ਸੈਸ਼ਨ ਚੋਂ ਕੱਢ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਬ੍ਰਾਇਨ ਨੂੰ ਡਾਇਰੈਕਟ ਤੇ ਕੰਨੀ ਮੋੜੀ ਵੀ ਸ਼ਾਮਲ ਨੇ ਵਿਰੋਧੀ ਧਿਰਾਂ ਇਸ ਮਸਲੇ ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਬਿਆਨ ਦਿੱਤੇ ਜਾਣ ਦੀ ਮੰਗ ਤੇ ਅੜ ਗਈਆਂ ਨੇ ਕਾਂਗਰਸ ਨੇ ਮੈਂਬਰਾਂ ਨੂੰ ਸਸਪੈਂਡ ਕੀਤੇ ਜਾਣ ਨੂੰ ਜਮਹੂਰੀਅਤ ਦਾ ਕਤਲ ਦੱਸਿਆ